ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ, ਕਿਉਂਕਿ ਤੁਹਾਡੇ ਲਈ ਨਵੀਆਂ ਵੈਕੈਂਸੀਆਂ ਆ ਚੁੱਕੀਆਂ ਨੇ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ। ਕਿੱਦਾਂ, ਕਦੋਂ ਤੋਂ ਕੌਣ ਕੌਣ ਅਪਲਾਈ ਕਰ ਪਾਵੇਗਾ ਔਰ ਇਲੀਜੀਬਿਲਟੀ ਕੀ ਇਹਨਾਂ ਨੇ ਦੱਸੀ ਹੋਈ ਹੈ, ਪੋਸਟਾਂ ਕਿਹੜੀਆਂ ਨੇ, ਸਾਰਾ ਮੈਂ ਤੁਹਾਨੂੰ ਬਰੀਫ 'ਚ ਦੱਸਾਂਗੀ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ, ਵੱਧ ਤੋਂ ਵੱਧ ਵੀਡੀਓ ਨੂੰ ਪੂਰੇ ਪੰਜਾਬ 'ਚ ਸ਼ੇਅਰ ਕਰਿਓ, ਤਾਂ ਕਿ ਜਿਹੜੇ ਕੈਂਡੀਡੇਟਸ ਕਦੋਂ ਦੀ ਵੇਟ ਕਰ ਰਹੇ ਨੇ ਉਹਨਾਂ ਨੂੰ ਇੱਕ ਰਾਹਤ ਮਿਲ ਸਕੇ ਕਿ ਵੈਕੈਂਸੀਆਂ ਆ ਚੁੱਕੀਆਂ ਨੇ, ਠੀਕ ਹੈ। ਔਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਜ਼ਰੂਰ ਕਰ ਲਵੋ, ਨਾਲ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਨਾਂ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਔਰ ਸਟੱਡੀ ਮਟੀਰੀਅਲ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹਾਂ। ਫਿਲਹਾਲ ਆਪਾਂ ਗੱਲ ਕਰਾਂਗੇ ਕਿਹੜੀ ਰਿਕਰੂਟਮੈਂਟ ਆਊਟ ਕੀਤੀ ਗਈ ਹੈ PSSSB ਦੇ ਵੱਲੋਂ, ਸਾਰਾ ਮੈਂ ਤੁਹਾਨੂੰ ਬਰੀਫ 'ਚ ਦੱਸਾਂਗੀ। ਜੋ ਜੋ ਇਹ ਇਹਨਾਂ ਨੇ ਸ਼ੋਰਟ ਨੋਟਿਸ ਜਾਰੀ ਕੀਤਾ ਆ, ਤਾਂ ਤੁਸੀਂ ਦੇਖ ਸਕਦੇ ਹੋ ਇਹ ਸ਼ੋਰਟ ਨੋਟਿਸ ਇਹਨਾਂ ਨੇ ਜਾਰੀ ਕੀਤਾ ਹੈ ਜਨਤਕ ਨਿਯੁਕਤੀਆਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ, ਯਾਨੀ ਕਿ PSSSB ਦੇ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਲਈ ਪੰਜਾਬ ਫੂਡ ਅਤੇ ਡਰੱਗਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਫੂਡ ਸੇਫਟੀ ਅਫਸਰ ਦੀਆਂ ਗਰੁੱਪ ਸੀ ਦੀਆਂ 25 ਪੋਸਟਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ। ਲਿੰਕ ਐਕਟੀਵੇਟ ਹੋ ਜਾਏਗਾ 1 ਜਾਂ 2 ਦਿਨ ਦੇ ਅੰਦਰ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸੈਲਰੀ ਇਹਨਾਂ ਨੇ ਦੇਖੋ 10,300 ਤੋਂ ਲੈ ਕੇ 34,800 ਪਲੱਸ 4200 ਰੁਪਏ ਤੁਹਾਡਾ ਜਿਹੜਾ ਗ੍ਰੇਡ ਪੇ ਰਹੇਗਾ, ਠੀਕ ਹੈ। ਉਸ ਤੋਂ ਬਾਅਦ ਬਾਕੀ ਜਾਣਕਾਰੀ ਜਿਹੜੀ ਹੈ ਇਹਨਾਂ ਨੇ ਇਹ ਵੀ ਬੋਲਿਆ ਕਿ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਲੇਕਿਨ ਹਜੇ ਅਪਡੇਟ ਨਹੀਂ ਹੈ, 2 ਜਾਂ 3 ਦਿਨ ਦੇ ਵਿੱਚ ਅਪਡੇਟ ਹੋ ਜੂੰਗੀ, ਮੈਂ ਤੁਹਾਨੂੰ ਦੱਸ ਦਾਂਗੀ। ਔਰ ਜਿਹੜੇ ਇਹਦਾ ਲਿੰਕ ਐਕਟੀਵੇਟ ਹੋਵੇਗਾ 20 ਜਨਵਰੀ 2020 ਤੋਂ ਲੈ ਕੇ 10 ਫਰਵਰੀ 2020 ਸ਼ਾਮ 5 ਵਜੇ ਤੱਕ ਜਿਹੜੀਆਂ ਤੁਸੀਂ ਅਪਲਾਈ ਕਰ ਸਕੋਗੇ, ਠੀਕ ਹੈ। ਬਾਕੀ ਇਹਨਾਂ ਦੀ ਟਰਮਸ ਐਂਡ ਕੰਡੀਸ਼ਨਸ, ਕੁਆਲੀਫਿਕੇਸ਼ਨ, ਏਜ਼ ਲਿਮਿਟ ਔਰ ਸਿਲੈਕਸ਼ਨ ਪ੍ਰੋਸੀਜਰ ਔਰ ਹੋਰ ਜਿਹੜੇ ਇਹਨਾਂ ਦੇ ਜੋ ਵੀ ਰੂਲਸ ਰਹਿਣਗੇ ਉਹ ਆਪਣੀ ਔਫੀਸ਼ੀਅਲ ਸਾਈਟ 'ਤੇ ਇਹ ਜਲਦੀ ਅਪਡੇਟ ਕਰ ਦੇਣਗੇ। ਜਿੱਦਾਂ ਹੀ ਕਰ ਦਿੰਦੇ ਆ ਮੈਂ ਉਸੇ ਟਾਈਮ ਤੁਹਾਡੇ ਲਈ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੀ। 1 ਜਾਂ 2 ਦਿਨ ਹਜੇ ਲੱਗੂਗੇ, 2 ਕੁ ਦਿਨ ਲੱਗੂਗੇ, ਅਤੇ ਮੈਂ ਤੁਹਾਨੂੰ ਦੱਸ ਦਾਂਗੀ ਜੇ ਕੱਲ੍ਹ ਈਵਨਿੰਗ ਤੱਕ ਆ ਗਿਆ ਤਾਂ ਵੀ ਦੱਸ ਦਾਂਗੀ, ਠੀਕ ਹੈ। ਔਰ ਵੱਧ ਤੋਂ ਵੱਧ ਵੀਡੀਓ ਨੂੰ ਪੂਰੇ ਪੰਜਾਬ 'ਚ ਸ਼ੇਅਰ ਕਰੋ, ਤਾਂ ਕਿ ਕੈਂਡੀਡੇਟਸ ਨੂੰ ਪਤਾ ਲੱਗ ਪਾਵੇ ਕਿ PSSSB ਨੇ ਨਵੀਆਂ 25 ਅਸਾਮੀਆਂ ਕੱਢ ਦਿੱਤੀਆਂ, ਠੀਕ ਹੈ। ਵੱਧ ਤੋਂ ਵੱਧ ਸ਼ੇਅਰ ਕਰਿਓ, ਜਿੱਦਾਂ ਨੋਟੀਫਿਕੇਸ਼ਨ ਆਉਂਦਾ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗੀ, ਠੀਕ ਹੈ। ਧੰਨਵਾਦ।